ਮੈਂ ਕਿਹਾ ਜੀ ਆਪ ਜੀ ਜਾ ਰਹੇ ਅੱਜ ਦਿੱਲੀ? ਅੱਜ ਇੱਥੋਂ ਪਹਿਲਾਂ ਕਨਫਰਮ ਕਰਦੇ ਹਾਂ ਥੋੜ੍ਹਾ, ਫਿਰ ਦੇਖਾਂਗੇ ਸ਼ਾਮ ਨੂੰ ਜੇ, ਅਜੇ ਅਜੇ ਫਾਈਨਲ ਨਹੀਂ ਕੀਤਾ। ਅੱਛਾ ਜੀ, ਕੋਈ ਲੱਗਦਾ ਹੋਵੇ ਕਿ ਜਿੱਦਾਂ 5 ਤਰੀਕ ਨੂੰ ਲੈ ਕੇ ਚਰਚਾ ਚੁਰਚਾ ਹੈਗੀ ਹੈ ਜਾਂ ਉਹਦੀ ਉਡੀਕ ਕਰ ਆਹੋ, ਲਓ। ਅਸੀਂ ਸੋਚ ਰਹੇ ਜੇ 5 ਦੀ ਹੋਈ ਤਾਂ ਫਿਰ ਇੱਕ ਅੱਧਾ ਦਿਨ ਠਹਿਰ ਕੇ ਜਾਵਾਂਗੇ। ਠੀਕ ਹੈ, ਉਹ ਤਾਂ ਅੱਜ ਦਾ ਜਾਣ ਦਾ ਸੀਗਾ ਤੁਹਾਡਾ ਪਹਿਲਾਂ, ਸਹੀ ਗਾ ਪਰ ਫਿਰ ਇਸੇ ਕਰਕੇ ਥੋੜ੍ਹਾ ਪੋਸਟਪੋਨ ਕੀਤਾ। ਠੀਕ ਹੈ, ਹੁਣ ਅੱਜ ਦਾ ਵੈਸੇ ਕਨਫਰਮ ਕਿ ਤੁਸੀਂ ਨਹੀਂ ਜਾ ਰਹੇ ਹੋ? ਨਹੀਂ ਹਜੇ, ਠੀਕ ਹੈ, ਕੱਲ੍ਹ ਤੱਕ ਸ਼ਾਇਦ। ਹੁਣ ਦੇਖਦੇ ਹਾਂ ਅੱਜ ਦਿਨੇ ਕੋਈ ਕੀ, ਕੋਈ ਇਹਦੇ ਬਾਰੇ 'ਚ ਕੋਈ ਲੇਟੈਸਟ ਕੋਈ ਸਰਕਾਰ ਵੱਲੋਂ ਕੋਈ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜੇ ਮਿਲ ਗਈ ਤਾਂ ਫਿਰ ਉਹਦੇ ਹਿਸਾਬ ਨਾਲ ਬਣਾਉਂਗੇ। ਤੁਹਾਡੇ ਕਹਿਣ ਦਾ ਭਾਵ ਕਿ 5 ਜੁਲਾਈ ਵਾਲੇ ਪ੍ਰੋਗਰਾਮ ਜਾਂ ਸਹੁੰ ਚੁੱਕ ਨੂੰ ਲੈ ਕੇ ਜੇ ਕੋਈ ਸਰਕਾਰ ਇਨਵਾਈਟ ਕਰ ਸਕਦੀ ਹੈ ਜਾਂ ਡੀਸਾ ਵੱਲੋਂ ਅੰਮ੍ਰਿਤਸਰ ਵੱਲੋਂ ਵੀ ਲੈਟਰ ਆ ਸਕਦੀ ਇਹਨੂੰ ਲੈ ਕੇ? ਹਾਂ ਹਾਂਜੀ ਹਾਂਜੀ, ਠੀਕ ਹੈ, ਠੀਕ ਚਲੋ ਠੀਕ ਹੈ। ਠੀਕ ਹੈ ਬਾਪੂ ਜੀ, ਅੱਜ ਪਿੰਡ ਹੋਵੋਗੇ ਤੁਸੀਂ? ਪਿੰਡ 'ਚ ਨਹੀਂ, ਕਿਤੇ ਕਿਸੇ ਨਾ ਕਿਸੇ ਪਾਸੇ ਤਾਂ ਹੋਣਾ ਹੀ ਹੈ ਕੋਈ ਨਾ ਕੋਈ ਪ੍ਰੋਗਰਾਮ। ਜੀ ਠੀਕ ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਠੀਕ ਠੀਕ ਠੀਕ